ਸਾਨੂੰ ਇਸ ਤਰ੍ਹਾਂ ਦਾ ਟਾਈਟਲ ਕਿਉਂ ਦੇਣਾ ਪਿਆ ਕਿਉਂ ਲਿਖਣਾ ਪਿਆ ਕੋਚ ਜੀ ਕੁੜੀ ਕਿਉਂਕਿ ਉਹਨਾਂ ਨੂੰ ਇੱਥੋਂ ਮਾਂ ਨੇ ਖਾਣਾ ਬਣਾਉਂਦੀ ਸਿੱਖਿਆ ਹੀ ਨਹੀਂ ਦਿੱਤੀ ਖਾਣਾ ਕਿਵੇਂ ਬਣਾਈਦਾ ਉਹਨਾਂ ਨੂੰ ਇਹ ਨਹੀਂ ਪਤਾ ਪਿੰਡੀ ਨੂੰ ਕਿਵੇਂ ਬਣਾਈਦਾ ਇੱਕ ਪਿੰਡੀ ਇੱਕ ਛੋਟੀ ਜੀ ਇੱਕ ਸਬਜੀ ਹੈ ਜਿਹਨੂੰ ਬਣਾਉਣ ਦਾ ਵੱਲ ਨਹੀਂ ਆਉਂਦਾ ਤੇ ਮਾਂ ਨੇ ਉਹ ਵੱਲ ਸਿਖਾਉਣ ਦਾ ਯਤਨ ਕੀਤਾ ਹੋਵੇਗਾ ਤੇ ਮਾਂ ਦੀ लाਡਲੀ ਨੇ ਉਹ ਸਿਖਾਉਣ ਦਾ ਯਤਨ ਨਹੀਂ ਕੀਤਾ ਹੋਵੇਗਾ ਉਹ ਕਹਿੰਦੀ ਬਈ ਭਿੰਡੀ ਨੂੰ ਕੱਟ ਕੇ ਤੇ ਮੈਂ ਪਾਣੀ ਚ ਪਾ ਦਿਆਂ ਤੇ ਮਾਂ ਨੇ ਆਖਿਆ ਚਾਰ ਵਾਰੀ ਆਖਿਆ ਮਾਂ ਨੇ ਮੇਰੇ ਸਾਹਮਣੇ ਇਹ ਗੱਲ ਹੋਈ ਕਿ ਭਿੰਡੀ ਨੂੰ ਪਹਿਲੇ ਸਬੂਤੀ ਨੂੰ ਪਾਣੀ ਚੋਂ ਸਾਫ਼ ਕਰ ਲਈਦਾ ਫੇਰ ਉਹਨੂੰ ਸੁਕਾ ਕੇ ਪਹੁੰਚ ਕੇ ਸੁਕਾ ਲਈਦਾ ਤੇ ਸੁਕਾਨ ਤੋਂ ਅੱਧਾ ਘੰਟਾ ਜਾਂ ਪੌਣਾ ਘੰਟਾ ਬਾਅਦ ਉਸ ਨੂੰ ਜਿਹੜਾ ਬਣਾਈਦਾ ਵਿੱਚ ਇਸ ਤਰ੍ਹਾਂ ਬਣਾਈਦਾ ਉਹਨੇ ਤਾਰੀ ਉਹਨੂੰ ਕੰਪੋਜੀਸ਼ਨ ਦੱਸੀ ਲekin ਸਾਡੀਆਂ ਜਿਹੜੀਆਂ ਧੀਆ ਇੱਥੋਂ ਉਡਾਰੀ ਲਾ ਗਈਆਂ ਇਹ ਸੋਚ ਕੇ ਵੀ ਉੱਥੇ ਪਤਾ ਨਹੀਂ ਕਿੱਡੀ ਵੱਡੀ ਕੋਠੀ ਤੇ ਕਿੱਡਾ ਵੱਡਾ ਮਹਿਲ ਤੇ ਕਿੱਡੀ ਵੱਡੀ ਕਾਰ ਜੋੜਦਿਆਂ ਨਹੀਂ ਹੈ ਜਦੋਂ ਉੱਥੇ ਪਤਾ ਲੱਗਦਾ ਹੈ ਵੀ ਬੱਥੇ ਦੇ ਵਿੱਚ ਪਬਲਿਕ ਟਰਾਂਸਪੋਰਟ ਦੇ ਵਿੱਚ ੱਕੇ ਖਾਣੇ ਪੈਂਦੇ ਐ ਲਾਈਨ ਵਿੱਚ ਲੱਗਣਾ ਪੈਂਦਾ ਐ ਟਾਈਮ ਤੇ ਪਹੁੰਚਣਾ ਪੈਂਦਾ ਫੇਰ ਯਾਦ ਆਉਂਦਾ ਹਾਏ ਮੇਰਾ ਪੰਜਾਬ ਫੇਰ ਯਾਦ ਆਉਂਦਾ ਹਾਏ ਮੇਰੀ ਮਾਂ ਹਾਏ ਮੇਰਾ ਪਿਓ ਓਨੀ ਦੇਰ ਤੱਕ ਯਾਦ ਨਹੀਂ ਆਉਂਦਾ ਇਹਨਾਂ ਬੱਚਿਆਂ ਨੂੰ ਜਿੰਨੀ ਦੇਰ ਤੱਕ ਉੱਥੇ ਆਪਣੀ ਕਰੜਾਈ ਦੇ ਨਾਲ ਜਿਹੜੀ ਹੈ ਮਿਹਨਤ ਕਰਦੇ ਨੇ ਇੱਥੋਂ ਤੱਕ ਕਿ ਆਪਣੇ ਮਾਪਿਓ ਨੂੰ ਫੋਨ ਕਰਨ ਦਾ ਟਾਈਮ ਵੀ ਨਹੀਂ ਮਿਲਦਾ ਤੇ ਇਹ ਵੀ ਨਹੀਂ ਦੱਸਦੇ ਕਿ ਕੀ ਕਰਦੇ ਕੀ ਹਾਂ ਉਹ ਕਰਦੇ ਕੀ ਹਾਂ ਇਹ ਮੈਂ ਅੰਡਰਲਾਈਨ ਕੀਤਾ ਹੈ ਇਹਦੇ ਵਿੱਚ ਤੁਸੀਂ ਤੁਹਾਡੇ ਦਰਸ਼ਕ ਸਿਆਣੇ ਨੇ ਸੂਝਵਾਨ ਨੇ ਸਮਝ ਜਾਣਗੇ ਕਿ ਕਿਸ ਤਰ੍ਹਾਂ ਦੇ ਉੱਥੇ ਬੱਚਿਆਂ ਨੂੰ ੱੱਕੇ ਖਾਣੇ ਪੈਂਦੇ ਆ ਜੇ ਸਾਰੇ ਹੀ ਭਾਰਤ ਵਾਸੀ ਸਾਰੇ ਭਾਰਤ ਤੋਂ ਜਾਂਦੇ ਨੇ ਪੰਜਾਬ ਤੋਂ ਨਹੀਂ ਜਾਂਦੇ ਹਰਿਆਣਾ ਤੋਂ ਵੀ ਜਾਂਦੇ ਆ ਯੂਪੀ ਵਾਲੇ ਵੀ ਜਾਣ ਲੱਗ ਪਏ ਬਿਹਾਰ ਵਾਲੇ ਵੀ ਮਧਿਆਪਰਦੇਸ਼ ਵਾਲੇ ਵੀ ਮੈਂ ਅਕੀ ਚੱਕਰ ਲਾ ਗਿਆ ਆ ਮੈਨੂੰ ਇਹ ਸਾਰੇ ਲੋਗ ਮੇਰੀ ਫਲਾਈਟ ਦੇ ਉੱਤੇ ਮਿਲੇ ਸਨ ਮੈਂ ਉੱਥੇ ਜਾਣਾ ਜਦੋਂ ਵੀ ਜਾਣਾ ਮੈਂ ਪ੍ਰੈਫਰ ਕਰਦਾ ਗੁਰਦੁਆਰੇ ਜਾਵਾਂ ਗੁਰਦੁਆਰੇ ਇੱਥੇ ਬਜ਼ੁਰਗਾਂ ਦੀਆਂ ਸੱਥਾਂ ਦੇਖੀ ਦੀਆਂ ਜਿਹੜੇ ਸਵੇਰ ਤੋਂ ਸ਼ਾਮ ਤੱਕ ਲੰਗਰ ਦੀ ਸੇਵਾ ਇੱਚ ਨੇ ਸਵੇਰ ਤੋਂ ਸ਼ਾਮ ਤੱਕ ਭਾਵੇਂ ਕੀ ਮਾਈ ਤੇ ਕੀ ਪਾਈ ਜੇ ਉਹ ਸਵੇਰ ਤੋਂ ਸ਼ਾਮ ਤੱਕ ਉੱਥੇ ਨੇ ਖੁੱਲਾ ਤੇ ਥਾ ਲੰਗਰ ਬਹੰਨੇ ਆਇਆ ਹੈ ਤੇ ਕਿਸੇ ਵੇਲੇ ਜੇ ਜਾਦਾ ਕਿਸੇ ਵਸਤੂ ਦੀ ਲਗਤ ਆ ਗਈ ਏ ਤੇ ਦੂਜੀ ਜਿਹੜੀ ਵਸਤੂ ਪਈ ਏ ਉਹਨੂੰ ਉਹਦੇ 'ਤੇ ਤਵੱਜੋ ਕਰ ਲੋ ਲਾਲਸਾ 'ਵਲ ਤਵੱਜੋ ਕਿਉਂ ਕਰਦੇ ਹੋ ਸ਼ੌਂਕ 'ਵਲ ਤਵੱਜੋ ਕਿਉਂ ਕਰਦੇ ਹੋ ਜੇ ਤੁਸੀਂ ਉੱਥੇ ਗਏ ਹੋ ਤੇ ਤੁਸੀਂ ਦੇਖੋ ਕਿਸੇ ਨੂੰ ਕੋਈ ਮਨਾ ਨਹੀਂ ਕਿ ਕਿੰਨਾ ਉਹ ਖਾ ਰਿਹਾ ਉੱਥੇ ਸਾਰੇ ਹਿੰਦੁਸਤਾਨ ਦੇ ਬੱਚੇ ਇਵੇਂ ਸਾਊਥ ਇੰਡੀਅਨ ਮੈਂ ਦੇਖੇ ਗੁਰਦੁਆਰਾ ਸਾਹਿਬ ਵਿੱਚ ਆਪਣੀ ਵਾਈਫ ਤੇ ਬੱਚਿਆਂ ਨਾਲ ਜਾਂਦੇ ਨੇ ਔਰ ਲੰਗਰ ਛੱਕ ਕੇ ਆਉਂਦੇ ਨੇ ਸਾਊਥ ਇੰਡੀਅਨ ਔਰ ਉਹ ਪ੍ਰੇਜ਼ ਕਰਦੇ ਨੇ ਗੁਰਦੁਆਰਾ ਸਾਹਿਬ ਦੇ ਗੁਰਨਾਨਕ ਦੇ ਲੰਗਰ ਦੀ ਪ੍ਰੇਜ਼ ਕਰਦੇ ਨੇ ਉਹ ਕਿਉਂ ਕਰਦੇ ਨੇ ਉਹਨਾਂ ਨੂੰ ਪਤਾ ਹੈ ਟਿੱਡ ਭਰ ਕੇ ਰੋਟੀ ਮਿਲਦੀ ਹੈ ਖਾਣਾ ਮਿਲਦਾ ਜਦੋਂ ਬਾਹਰੋਂ ਖਾਈਦਾ ਪਤਾ ਲੱਗਦਾ ਇੱਥੇ ਤੁਹਾਨੂੰ ਮੈਂ ਇੱਕ ਗੱਲ ਦੱਸ ਦਿਆਂ ਥਾਲਸਾ ਦਿਵਸ ਦੀ ਪਰੇਡ ਹੁੰਦੀ ਹੈ ਕੈਨੇਡਾ اتش ਵੀ ਅਮਰੀਕਾ اتش ਵੀ ਦੋ ਜਗ੍ਹਾ ਦਾ ਨਾਮ ਲੈ ਰਿਆ ਬਾਕੀ ਜਗ੍ਹਾ ਤੇ ਨਹੀਂ ਜਾ ਰਿਆ ਉੱਥੇ ਚੀਨੀ ਲੋਗ ਥੈਲੇ ਵੱਡੇ ਵੱਡੇ ਲਿਆਏ ਹੁੰਦੇ ਨੇ ਵੱਡੇ ਵੱਡੇ ਉਹਨਾਂ ਨੇ ਰੱਖੇ ਹੁੰਦੇ ਨੇ ਜਿਹਦੇ ਵਿੱਚ ਉਹ 7-7 ਦਿਨ ਦਾ 8-8 ਦਿਨ ਦਾ ਰਾਸ਼ਨ ਪਾਣੀ ਜਿਹੜਾ ਉੱਥੋਂ ਲੰਗਰ ਦੇ ਵਿੱਚੋਂ ਲੈ ਜਾਂਦੇ ਨੇ ਕਿਸੇ ਨੇ ਉਹਨਾਂ ਨੂੰ ਕਦੀ ਮਨਾਂ ਨਹੀਂ ਕੀਤਾ ਵੀਡੀਓ ਆਈਆਂ ਜੀ ਮੈਂ ਆਪਣੇ ਕੋਲੋਂ ਨਹੀਂ ਗੱਲ ਕਹਿ ਰਿਹਾ ਤੁਸੀਂ ਵੀਡੀਓ ਦੇਖ ਲਓ ਮੇਰੀ ਗੱਲ ਤੇ ਵਿਸ਼ਵਾਸ ਨਾ ਕਰੋ ਗੁਰੂ ਦਾ ਲੰਗਰ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ ਕੋਈ ਥੋਟ ਹੈ ਹੋ ਸਕਦਾ ਕਿਸੇ ਨੇ ਕਿਤੇ ਵਜਾ ਕਰਕੇ ਕੀ ਗੱਲ ਕਹਿਤੀ ਹੋਵੇ ਤੇ ਬਾਤ ਦਾ ਬਤੰਗੜ ਬਣ ਗਿਆ ਹੋਵੇ ਇਹਦੇ ਵਿੱਚ ਤੇ ਜਾਂ ਬੀਬਾ ਹੈ ਜਿਹੜੀ ਇਸ ਟੀ ਨੂੰ ਸਪਸ਼ਟ ਕਰ ਸਕਦੀ ਏ ਤੇ ਜਾਂ ਉਹ ਸਬੰਧਤ ਜਿਹਦੇ ਉੱਤੇ ਵੀ ਬੀਬਾ ਨੇ ਇਹ ਗੱਲ ਕਹਿਣ ਦਾ ਯਤਨ ਕੀਤਾ ਉਹ ਇਸ ਨੂੰ ਕਰ ਸਕਦੇ ਆ ਲੇਕਿਨ ਮੈਂ ਇੱਕ ਗੱਲ ਤੁਹਾਨੂੰ ਇੱਥੇ ਹੋਰ ਦੱਸ ਤਿਆਂ ਉੱਥੇ ਕਈ ਚੀਜ਼ਾਂ ਦੇਖੀਆਂ ਮੈਂ ਮੈਂ ਇੱਕ ਗੁਰਦੁਆਰਾ ਸਾਹਿਬ ਦੀ ਵੀਡੀਓ ਸ਼ੂਟ ਕੀਤੀ ਜੀ ਆਪਣੇ ਚੈਨਲ ਵਾਸਤੇ ਐਡਵੋਕੇਟ ਜਗਮੁਨ ਸਿੰਘ ਪੱਟੀ ਚੈਨਲ ਵਾਸਤੇ ਸ਼ੂਟ ਕੀਤੀ ਇੱਕ ਉੱਥੇ ਸੱਜਣ ਦੇਗ ਵਰਤਾਰੇ ਸਨ ਜਦੋਂ ਮੈਂ ਆਪਣਾ ਕੈਮਰਾ ਉਧਰ ਨੂੰ ਮੋੜਿਆ ਤਾਂ ਉਹਨਾਂ ਨੇ ਅੱਗੇ ਇਦਾਂ ਥਾਲੀ ਰੱਖ ਲਈ ਤੇ ਮੈਂ ਸਮਝ ਗਿਆ ਵੀ ਇਹ ਵੀਡੀਓ ਸ਼ੂਟ ਨਹੀਂ ਕਰਾਣੇ ਚਾਹੁੰਦੇ ਤੇ ਮੈਂ ਵੀ ਉਹਨਾਂ ਨੂੰ ਕੋਈ ਅੱਛੀ ਗੱਲ ਨਹੀਂ ਕਹੀ ਤੇ ਨਾ ਮੇਰੀ ਕਹਾਣੀ ਬਣਦੀ ਸੀ ਜਦੋਂ ਮੈਂ ਉਹਨਾਂ ਕੋਲ ਗਿਆ ਕੈਮਰਾ ਬੰਦ ਕਰਕੇ ਤੇ ਮੈਂ ਦੇਖ ਲਈ ਦੋ ਹੱਥ ਜੋੜ ਕੇ ਕਹਿੰਦੇ ਜੀ ਤੁਸੀਂ ਵੀਡੀਓ ਸ਼ੂਟ ਕੀਤੀ ਹੈ ਗੁਰਦੁਆਰੇ ਦੀ ਮੈਂ ਕਿਹਾ ਹਾਂਜੀ ਕੀਤੀ ਹੈ ਮੈਂ ਕਿਹਾ ਹਾਂਜੀ ਕੀਤੀ ਹੈ ਮੈਂ ਇਹ ਦੱਸਣ ਲਈ ਕੀਤੀ ਹੈ ਕਿ ਸਾਡੇ ਸਿੱਖ ਤੇ ਗੁਰਦੁਆਰਾ ਪ੍ਰਬੰਧਨ ਇੱਥੋਂ ਦਾ ਕਿੱਦਾਂ ਤੇ ਕਿਵੇਂ ਚੱਲਦਾ ਉਹਨਾਂ ਨੇ ਕਿਹਾ ਮੈਨੂੰ ਵੀ ਤੁਸੀਂ ਮੇਰੀ ਤਾਂ ਨਹੀਂ ਵੀਡੀਓ ਸ਼ੂਟ ਕੀਤੀ ਮੈਂ ਕਿਹਾ ਜੀ ਮੈਂ ਤੁਹਾਡੇ ਸਾਹਮਣੇ ਡਿਲੀਟ ਕਰ ਦੇਣਾ ਤਾਂ ਕਿ ਕੋਈ ਛਛੋਪਾਂ ਜੀ ਨਾ ਰਵੇ ਤੁਹਾਡੇ دماغੇ ਚ ਇਹ ਗੱਲ ਨਾ ਜਾਵੇ ਕਿ ਮੇਰੇ ਬਾਰੇ ਪਤਾ ਨਹੀਂ ਕੀ ਗੱਲ ਚਲਦੀ ਮੈਂ ਇੱਥੇ ਕਿੰਤੂ ਪਰੰਤੂ ਨਹੀਂ ਕਰਨਾ ਹੈ ਗੁਰਦੁਆਰਾ ਪਰਬੰਤ ਮੈਂ ਇਸ ਚੀਜ਼ ਦਾ ਧਿਆਨ ਰੱਖਿਆ ਔਰ ਉਹਨਾਂ ਨੂੰ ਕਿਹਾ ਔਰ ਵੀਡੀਓ ਡਿਲੀਟ ਕਰ ਦਿੱਤੀ ਮੈਂ ਉਸ ਸੰਸਥਾਨ ਦਾ ਪ੍ਰਬੰਧ ਮੈਨੂੰ ਇੰਨਾ ਅੱਛਾ ਲੱਗਿਆ ਲੇਕਿਨ ਇੱਕ ਬੰਦੇ ਦੀ ਵਜ੍ਹਾ ਕਰਕੇ ਇਹ ਗੱਲ ਕਹਿਣ ਦੀ ਵਜ੍ਹਾ ਕਰਕੇ ਜਾਂ ਥਾਲੀ ਨਾਲ ਮੂਛ ਪਾਣ ਦੀ ਵਜ੍ਹਾ ਕਰਕੇ ਮੈਂ ਇਹ ਨਹੀਂ ਕਹਿ ਸਕਦਾ ਕਿ ਸਾਰਾ ਪ੍ਰਬੰਧ ਹੀ ਮਾੜਾ ਹੋ ਗਿਆ ਜੀ